ਆਪਾਂ ਹੀਰੂ ਮੈਂ ਕਿਹਾ ਯਾਰ ਤੇਰਾ ਭਰਾ ਕੋਈ ਕੁੱਬਾ ਵੀ ਆ ਕਹਿੰਦਾ ਨਹੀਂ ਉਹਨੇ ਮਿਸਾਲ ਸੁਣੀ ਆ ਝੁਕੇ ਨੂੰ ਫਲ ਲੱਗ ਗਿਆ ਮੈਨੂੰ ਹਾਜ਼ਰੀ ਹੋਈ ਤੇ ਆਪ ਨਾਨ ਲੈਣ ਚਲੇ ਗਏ ਜਾਂਦਾ ਨਾ ਕੂਲਰ ਦੇ ਵਿੱਚ ਬੰਬ ਰੱਖ ਕੇ ਜਾ ਰਿਹਾ ਇੱਕ ਬੰਦੇ ਨੇ ਪੁੱਛਿਆ ਯਾਰ ਕੂਲਰ ਚ ਕੀ ਆ ਕਹਿੰਦਾ ਆਬੇ ਬੰਬ ਬੰਬ ਇਹ ਰਾਬਾ ਬਿਮਾਰ ਸੀ ਡਾਕਟਰ ਨੇ ਕਿਹਾ ਕਿ ਯਾਰ ਇਹਨੂੰ ਨਾ ਦੁੱਧ ਜਲੇਬੀਆਂ ਪਾ ਕੇ ਦੇ ਇਹਨੇ ਮੱਛਰ ਮਾਰ ਜਲੇਬੀਆਂ ਪਾਤੀ ਹਾਂਜੀ ਭੈਣ ਜਾਣੇ ਦੀ ਅੰਮੀ ਨੂੰ ਹਾਜ਼ਰੀ ਹੋਈ ਤੇ ਆਪ ਨਾਨ ਲੈਣ ਚਲ ਗਏ ਅੱਛਾ ਭਾਈ ਦਾ ਭਰਾ ਕੁੱਬਾ ਸੀ ਤੇ ਕੁੱਤੇ ਦੀ ਮੌਤ ਮਰਿਆ ਜੰਗਲ 'ਚ ਗਿਆ ਤੇ ਉਹ ਤੇ ਸ਼ਿਕਾਰੀ ਆਏ ਸੀ ਉਹਨਾਂ ਨੇ ਕੁੱਤਾ ਸਮੇਂ ਗੋਲੀ ਮਾਰਤੀ ਜਾਣਾ ਨਾ ਕੂਲਰ ਦੇ ਵਿੱਚ ਬੰਬ ਰੱਖ ਕੇ ਜਾ ਰਿਹਾ ਇੱਕ ਬੰਦੇ ਨੇ ਪੁੱਛਿਆ ਯਾਰ ਕੂਲਰ 'ਚ ਕੀ ਆ ਕਹਿੰਦਾ ਆਬੇ ਬੰਬ ਬੰਬ ਆਬੇ ਬੰਬ ਚੱਲ ਆ ਭਾਈ ਨੂੰ ਮੈਂ ਕਿਹਾ ਯਾਰ ਤੇਰਾ ਭਰਾ ਕੋਈ ਕੁੱਬਾ ਵੀ ਆ ਕਹਿੰਦਾ ਨਹੀਂ ਉਹਨੇ ਮਿਸਾਲ ਸੁਣੀ ਆ ਝੁਕੇ ਨੂੰ ਫਲ ਲੱਗ ਗਿਆ ਇਹਦਾ ਭਰਾ ਵੀ ਇੱਕ ਕੁੱਬਾ ਤੇ ਬਾਹਰ ਜਾ ਕੇ ਦੇਖਿਆ ਕੀੜੀਆਂ ਨੂੰ ਰੋੜੇ ਮਾਰਨ ਡਿਆ ਜੀ ਭੈਣ ਭਾਜੀ ਇਹਨਾਂ ਨੂੰ ਨਾ ਕਰੇਲੇ ਗੋਸ਼ਤ ਪਕਾਉਣ ਦਾ ਬਹੁਤ ਸ਼ੌਕ ਸੀ ਅੱਛਾ ਇਹ ਘਰ ਲੈ ਗਿਆ ਕਰੇਲੇ ਇਹਨਾਂ ਨੇ ਘਰ ਬੱਕਰੀ ਵੀ ਰੱਖੀ ਹੋਈ ਆ ਤੇ ਬੱਕਰੀ ਕਰੇਲੇ ਖਾ ਗਈ ਜਦੋਂ ਗੋਸ਼ਤ ਪੱਕ ਗਿਆ ਕਰੇਲੇ ਵਿੱਚ ਹੈ ਨਹੀਂ ਸੀ ਤੇ ਆਪ ਆਪਣੀ ਅੰਮੀ ਨੂੰ ਕਹਿੰਦਾ ਕਹਿੰਦਾ ਅੰਮੀ ਜੀ ਗੋ ਕਰੇਲੇ ਉਹਦੀ ਅੰਮੀ ਕਹਿੰਦੀ ਵੀ ਪੁੱਤ ਉਹ ਤਾਂ ਬੱਕਰੀ ਖਾ ਗਈ ਬੱਕਰੀ ਵੱਲ ਨੂੰ ਦੇਖ ਕਹਿੰਦਾ ਬਾ ਭਲੇ ਮਾਨਸੇ ਕਹਿੰਦਾ ਰਹੀ ਤੂੰ ਬੇਸ਼ੱਕ ਦੀ ਸਰਕਾਰਾਂ ਦੇ ਨਾਲ ਹੀ ਪਰ ਖਾਣ ਪੀਣ ਦਾ ਨਹੀਂ ਪਤਾ ਕੀ ਖਾਣਾ ਇਹਨੇ ਆਪਣਾ ਅੱਬਾ ਮਾਰਦਾ ਭਾਈ ਇਹਦਾ ਅੱਬਾ ਬਿਮਾਰ ਸੀ ਡਾਕਟਰ ਨੇ ਕਿਹਾ ਕਿ ਯਾਰ ਇਹਨੂੰ ਨਾ ਦੁੱਧ ਜਲੇਬੀਆਂ ਪਾ ਕੇ ਦੇ ਇਹਨੇ ਮੱਛਰ ਮਾਰ ਜਲੇਬੀਆਂ ਪਾਤੀ ਅੱਛਾ ਭਾਈ ਨੂੰ ਕਿਸੇ ਨੇ ਪੁੱਛਿਆ ਕਸੂਰ ਸ਼ਹਿਰ ਕਿਹਦਾ ਵਾ ਭਾਈ ਕਹਿੰਦਾ ਬਾਬੇ ਬੁੱਲੇ ਸ਼ਾਹ ਦਾ ਕਹਿੰਦਾ ਤੂੰ ਰਜਿਸਟਰੀ ਦੇ ਕੇ ਆਇਆ ਉੱਥੇ ਮਜ਼ਦੂਰਾਂ ਵਾਲੀ ਲਾਈਨ 'ਚ ਖੜਾ ਤੇ ਇੱਕ ਬੰਦਾ ਆ ਗਿਆ ਕਹਿੰਦਾ ਭਾਜੀ ਦਿਹਾੜੀ ਤੇ ਜਾਣਾ ਕਹਿੰਦਾ ਕਿੰਨੇ ਪੈਸੇ ਕਹਿੰਦਾ ਤੈਨੂੰ 1500 ਦਿਹਾੜੀ ਲਓ ਕਹਿੰਦਾ ਕਰਨਾ ਕੀ ਆ ਕਹਿੰਦਾ ਕਾਵਾਂ ਦੀਆਂ ਵਿੱਟਾਂ ਚੈੱਕ ਕਰਨੀਆਂ ਜਾਣੇ ਨੇ ਇੱਕ ਮਾਈ ਕੁਮਾਰ ਖਾ ਲਈ ਉਹ ਕੋ ਬੱਸ 'ਤੇ ਨਹੀਂ ਚੜਿਆ ਜਾ ਰਹੇ ਨੇ ਪਿੱਛੇ ਕੁੱਤਾ ਲਾ ਦਿੱਤਾ ਭਾਈ ਨੇ ਨਾ ਸਾਈਕਲ ਦੀ ਰੇਸ 'ਚ ਹਿੱਸਾ ਲੈ ਲਿਆ ਤੇ ਆਪਣੀ ਪਿੰਨੀਆਂ ਨੂੰ ਤੇਲ ਲਾਈ ਜਾ ਰਿਹਾ ਮੈਂ ਕਿਹਾ ਪਿੰਨੀਆਂ ਨੂੰ ਤੇਲ ਕਾਹਤੋਂ ਲਾ ਰਿਹਾ ਕਹਿੰਦਾ ਯਾਰ ਚੈਨ ਖਰਾਬ ਹੈ ਚੁੱਕ ਕੇ ਭੱਜਣਾ ਪੈਣਾ ਉਹਨਾਂ ਦੀ ਲੱਤ ਖਰਾਬ ਤੇ ਦੌੜ ਵਾਲਿਆਂ ਕੋਲ ਚੱਲ ਗਿਆ ਕਹਿੰਦਾ ਮੈਂ ਵੀ ਦੌੜਨਾ ਕਹਿੰਦਾ ਤੂੰ ਦੌੜ ਚੋ ਹੀ ਦੌੜ ਜਾ ਜਿੱਦਾਂ ਦਾ ਤੇਰਾ ਗੁੰਮਾ ਵਾ ਪਿੱਡੇ ਮੂੰਹ ਦੇ ਤੇ ਅੱਛਾ ਆ ਭਾਈ ਨਾ ਬੱਸ ਨੂੰ ਹੱਥ ਦਿੱਤਾ ਬੱਸ ਵਾਲੇ ਨੇ ਭਾਇਆ ਨੀ ਹੁਸ਼ਿਆਰੀ ਕੀਤੀ ਤੇ ਜਾ ਕੇ ਨਾ ਬੱਸ ਦੇ ਪਿੱਛੇ ਲਮਕ ਗਿਆ ਉਹਨੇ ਬੈਕ ਕਰਕੇ ਕੰਧ 'ਚ ਮਾਰਤੀ ਆ ਵੀ ਭਾਈ ਬੱਸ ਦੇ ਉੱਪਰ ਚੜ ਗਿਆ ਟਾਣਾ ਵੱਜੇ ਤੇ ਥੱਲੇ ਡਿੱਗਾ ਕਹਿੰਦਾ ਉਹ ਮੈਂ ਭੁਲੇਖੇ 'ਚ ਰਹਿ ਗਿਆ ਮੈਂ ਤਾਂ ਵਾਜੇ ਵਾਲਾ ਸੀ ਤੇ ਬੱਸ ਦੇ ਅੰਦਰ ਇੱਕ ਦਿਨ ਸੀਟ ਮਿਲ ਗਈ ਤੇ ਇੰਜ ਕਰ ਰਿਹਾ ਮੈਂ ਕਿਹਾ ਖੈਰ ਕਹਿੰਦਾ ਭਾਈ ਟਾਣੇ ਤੋਂ ਬਚ ਰਹੇ ਆ ਉਹ ਬੱਸ ਟਾਲੀ ਜਾ ਰਹੇ ਦੀਦੀ ਹਾਂਜੀ ਨਾ ਧੋ ਕੇ ਰੋਡ ਤੇ ਖਲੋਤਾ ਤੇ ਰਕਸ਼ਿਆਂ ਨੇ ਲਾ ਦਿੱਤਾ ਵੀ ਮੈਂ ਜਾਣਾ ਉਹਨੂੰ 10 ਰੁਪਈਏ ਦੇ ਕੇ ਰਕਸ਼ਾ ਲੈ ਗਿਆ ਜਿਹੜੀ ਕਹਿਣ ਤੋਂ ਬਰਾਬ ਉਹਨੇ ਸਮਝਿਆ ਫਕੀਰ ਆ ਦੂਸਰੇ ਦਿਨ ਹਮਾਮ ਚ ਨਹਾਉਣ ਗਿਆ ਤੇ ਪਹਿਲੇ ਲੈਂਦੇ ਸੀ 30 ਰੁਪਈਏ ਦੇ ਜਦੋਂ ਕੱਲ੍ਹ ਨਹਾਤਾ ਨਾ ਉਹਨੇ ਪਿਆ ਲੈ ਲਿਆ ਕਹਿੰਦਾ ਮੈਂ ਨਹਾ ਕੇ ਆਂਡਾ ਖਾ ਲਿਆ ਆ ਭਾਈ ਨੇ ਨਾ ਰਕਸ਼ੇ ਵਾਲੇ ਨੂੰ ਪੁੱਛਿਆ ਦਾਦਾ ਸਾਹਿਬ ਜਾਣੇ ਕਹਿੰਦਾ ਚੱਲ ਜਾਵਾਂਗੇ ਕਹਿੰਦਾ ਛਾਪਰ ਲਈ ਆ ਮੇਰੀ ਚੋਲ ਲਈ ਆਈ ਅੱਛਾ ਆ ਭਾਈ ਨਾ ਆਪਣੇ ਮਾਮੇ ਦੇ ਘਰ ਅੱਗੋਂ ਨੰਗਿਆ ਤੇ ਕਹਿੰਦਾ ਅਸਲਾਮ ਵਾਲੇਕੁਮ ਯਾ ਅਹਿਲ ਕਬੂਲ ਉਹ ਮੈਂ ਕਿਹਾ ਭਾਈ ਇਹ ਤੇ ਕਬਰਸਤਾਨ ਲਾਗੋ ਕਹੀ ਦਾ ਕਹਿੰਦਾ ਯਾਰ ਅਸੀਂ ਇਹਨਾਂ ਨੂੰ ਬੁਲਾਉਂਦੇ ਨਹੀਂ ਸਾਡੇ ਵੱਲੋਂ ਮਰ ਗਏ ਆ ਖਾਨ ਸਾਹਿਬ ਆ ਖਾਨ ਸਾਹਿਬ ਆ ਤੈਨੂੰ ਨਹਾਉਣ ਤੋਂ ਡਰ ਹੀ ਬੜਾ ਲੱਗਦਾ ਇਹਨੂੰ ਕਿਸੇ ਨੇ ਕਿਹਾ ਯਾਰ ਪਹਿਲੇ ਡੱਬੇ ਵਾਰੀ ਨਾ ਠੰਡ ਲੱਗਦੀ ਆ ਤੇ ਇਹਨੇ ਪਹਿਲਾ ਡੱਬਾ ਕੰਧ ਤੇ ਪਾ ਦਿੱਤਾ ਇਹਦਾ ਭਰਾ ਸੀ ਬਦਮਾਸ਼ ਤੇ ਮੌਲਵੀ ਦੇ ਮੁੰਡੇ ਨੂੰ ਕੁੱਟਣ ਲੱਗ ਗਿਆ ਠਾ ਠਾ ਇਹਦਾ ਭਰਾ ਆਇਆ ਕਹਿੰਦਾ ਇਹਨੂੰ ਕੋਈ ਕੁੱਟਦਾ ਕਹਿੰਦਾ ਅਸੀਂ ਇਹਨਾਂ ਦੀ ਮਹਿਜਾ ਤੱਕ ਕਦੀ ਨੰਗੇ ਸਾਡੇ ਘਰ ਅੱਗੇ ਨਹੀਂ ਲੰਘਣ ਡਿਆ ਆ ਜਾਨੇ ਦੇ ਜਾਨੇ ਦੇ ਪੈਰ 'ਚ ਭਾਈ ਸ਼ੀਸ਼ਾ ਲੱਗ ਗਿਆ ਸ਼ੀਸ਼ਾ ਨਹੀਂ ਕੱਢਣ ਡਿਆ ਤੇ ਕੰਗਾ ਲਿਆ ਕੇ ਤੇ ਸਿਰ ਵਾਉਣ ਡਿਆ ਇੰਜ ਕਰਕੇ
ਭਾਈ ਹੁਰਾਂ ਦੀ ਫੈਮਿਲੀ ਪੂਰੀ ਮੰਗਣ ਵਾਲੀ ਸੀਗੀ ਅੱਛਾ ਤੇ ਇਹਨਾਂ ਦੇ ਨਾ ਕਿਸੇ ਨੇ ਪੈਸੇ ਲੈਣੇ ਸੀ ਇਹਨਾਂ ਕੋਲੋਂ ਉਹ ਬੂਹੇ ਤੇ ਆਇਆ ਉਹ ਕਹਿੰਦੇ ਭਾਈ ਕਾਲੇ ਨੂੰ ਭੇਜੋ ਤਾਂ ਆਪਾਂ ਨਿਕਲ ਜਾਂਦਾ ਪੁੱਤ ਕਾਲਾ ਘਰ ਨਹੀਂ ਹੈ ਯਾਨੀ ਫੇਰ ਮੰਗਦੇ ਆ ਜੀ ਜਾਨੇ ਨੇ ਮੈਂ ਆਵਾਜ਼ ਮਾਰੀ ਮੈਂ ਕਿਹਾ ਜਾਨੇ ਤਾਂ ਨੰਗਾ ਹੀ ਆ ਗਿਆ ਮੈਂ ਕਿਹਾ ਜਾ ਕੁਛ ਪਾ ਗਿਆ ਤੇ ਜੁੱਤੀ ਪਾ ਗਿਆ ਉਹ ਬਿੱਟੇ ਅੱਛਾ ਮੈਂ ਜਾਨੇ ਦੇ ਪਹਿਲਾਂ ਪਤਾ ਲੈਣ ਗਿਆ ਹਸਪਤਾਲ ਤੇ ਸਭ ਨਾਲੋਂ ਉੱਚੀ ਬੋਤਲ ਡੰਗੀ ਮੈਂ ਕਿਹਾ ਜਾਨੇ ਕਿਉਂ ਕਹਿੰਦਾ ਮੇਰਾ ਆਪਾ ਮਰੀਜ਼ਾਂ ਚੋਂ ਫਸਟ ਆਇਆ ਆ ਭਾਈ ਇਹਨਾਂ ਦਰਜੀ ਕੋ ਸੂਟ ਸਵਾਉਣ ਗਿਆ ਤੇ ਉਹਨੂੰ ਜਾ ਕਹਿੰਦਾ ਐਸੇ ਕਲਰ ਦੇ ਦਸਤਾਨੇ ਵੀ ਬਣਾਉਣੇ ਭਾਈ ਨਹੀਂ ਆ ਭਾਈ ਦਸਤਾਨੇ ਪਾ ਕੇ ਕੂੜਾ ਚੱਕਣ ਡਿਆ ਮੈਂ ਕਿਹਾ ਇਹ ਕੀ ਕਰਨ ਡਿਆ ਕਹਿੰਦਾ ਮੈਂ ਸੀ ਆਈ ਡੀ ਵਾਲਿਆਂ ਦਾ ਸਾਈ ਆ ਇਹਨਾਂ ਦਾ ਫੋਰੈਂਸਿਕ ਲੈਬ ਚ ਹੁੰਦਾ ਜਾਨ ਇੱਕ ਬੰਦਾ ਨਾ ਕੁੱਤਾ ਲੈ ਕੇ ਜਾ ਰਿਹਾ ਜਾਨਾਂ ਨੂੰ ਕਹਿੰਦਾ ਭਾਈ ਜੀ ਲੜਾਈ ਵਾਲਾ ਵਾ ਕਹਿੰਦਾ ਨਹੀਂ ਬੇਟਾ ਸੁਲਾ ਲਾ ਵਾ ਬੰਦਾ ਕੁੱਤਾ ਲੈ ਕੇ ਜਾ ਰਿਹਾ ਭਾਈ ਪੁੱਛ ਰਿਹਾ ਲੜਾਈ ਵਾਲਾ ਅੱਛਾ ਤੂੰ ਸਾਰਾ ਦਿਨ ਵਿਹਲਾ ਹੀ ਰਹਿੰਦਾ ਵਾ ਹਰ ਬੰਦਾ ਦੇ ਲਈ ਫਿਰ ਇੱਕ ਕੁੱਤਾ ਜਾਨਾ ਲੈ ਕੇ ਜਾ ਰਿਹਾ ਸੀ ਉਹ ਇੱਕ ਕੁੱਤਾ ਜਾਨਾ ਲੈ ਅੱਛਾ ਉਹਨੂੰ ਪੁੱਛਿਆ ਕਿੱਧਰ ਕਹਿੰਦਾ ਮੈਂ ਆਪਸ ਵਿੱਚ ਲੜਾਈ ਕਰਾਉਣ ਚੱਲਾ ਇਹਦਾ ਐਡਾ ਕਾਲਾ ਰੰਗ ਆ ਇਹਦੀ ਬੁੱਢੀ ਦੇ ਤੋਂ ਵੀ ਕਾਲਾ ਰੰਗ ਆ ਤੇ ਉਹਨੇ ਨਾ ਕਰੀਮਾਂ ਲਾਣੀਆਂ ਸ਼ੁਰੂ ਕੀਤੀਆਂ ਤੇ ਉਹਦਾ ਰੰਗ ਚਿੱਟਾ ਹੋ ਗਿਆ ਇੱਕ ਵਿਆਹ ਤੇ ਗਈ ਉਹ ਕਹਿੰਦੇ ਬਾਜੀ ਤੇਰਾ ਰੰਗ ਇੰਨਾ ਚਿੱਟਾ ਹੋ ਗਿਆ ਕਹਿੰਦੀ ਮੈਂ 5 ਵਕਤ ਦੀ ਨਮਾਜ਼ ਪੜ੍ਹਦੀ ਆ ਐ ਨੂਰ ਆਇਆ ਚਿਹਰੇ ਤੇ ਪਿੱਛੋਂ ਇਹਦੀ ਅੰਮੀ ਬੋਲੀ ਕਹਿੰਦੀ ਪੁੱਤ ਤਾਂ ਜਦ ਵੀ ਪੜ੍ਹ ਲਿਆ ਕਰ ਭੋਰਾ ਧੋਣ ਤੇ ਵੀ ਨੂਰ ਆ ਜਾ ਨਾਈਆਂ ਦਾ ਕੰਮ ਕਰਦਾ ਮੁੜ ਕੇ ਬੇੜਾ ਹਲਾਲ ਕਰਨ ਚੱਲ ਗਿਆ ਪੌਣਾ ਘੰਟਾ ਉਹਦੀ ਕੰਡੀ ਨਰਮ ਕਰਦਾ ਰਿਹਾ ਅੱਛਾ ਕਹਿੰਦੇ ਨਾਈ ਸੀ ਤੇ ਇਹਨੂੰ ਨਾ ਵਿਹੜਾ ਲਾਲ ਕਰਨ ਚਲ ਗਿਆ ਤੇ ਉੱਥੇ ਜਾ ਕੇ ਪੌਣਾ ਘੰਟਾ ਉਹਦੀ ਕੰਡੀ ਨਰਮ ਉਹਨੇ ਆਪਣੀ ਹਰਕਤ ਨਹੀਂ ਛੱਡੀ ਉਹ ਸਾਈਕਲਾਂ ਦੀ ਦੁਕਾਨ 'ਤੇ ਡਾਕਟਰ ਲੱਗ ਜਾਂਦਾ ਅੱਛਾ ਉੱਥੇ ਇੱਕ ਬੰਦਾ ਆਉਂਦਾ ਕਹਿੰਦਾ ਯਾਰ ਮੇਰੇ ਦਿਲ 'ਚ ਡਰ ਤਾਂ ਕਹਿੰਦਾ ਤੇਰੀ ਟਿਊਬ ਪੈਣ ਵਾਲੀ ਆ ਉਹ ਇੱਕ ਭਾਈ ਕਹਿੰਦਾ ਭਾਈ ਕਹਿੰਦਾ ਗੱਲ ਜੋ ਅੱਗੋਂ ਕੱਚਾ ਨਹੀਂ ਹੋਇਆ ਪੈਸੇ ਨਹੀਂ ਦਿਨਾ ਕਹਿੰਦਾ ਇਹਨੂੰ ਪੈਂਚਰ ਪੂੰਚਰ ਨਹੀਂ ਲੱਗਦਾ ਇਹਦਾ ਬੋਲੇ ਕਿ ਇਹਨੂੰ ਪੈਂਚਰ ਨਹੀਂ ਲੱਗਣਾ ਪੁੱਤ ਤੇਰੀ ਟਿਊਬ ਪਟਾਕਾ ਮਾਰ ਗਈ ਜਾਨੇ ਨੇ ਆਪਣੇ ਘਰ ਦਾ ਬੋਰ ਕਰਿਆ ਤੇ ਰੇਤ ਕਿਤੇ ਵਾਹਵਾ ਹੀ ਨਿਕਲਿਆ ਤੇ ਅਗਲਾ ਮਕਾਨ ਸ਼ੁਰੂ ਕਰ ਲਿਆ ਮਿਸਤਰੀਆਂ ਦਾ ਕੰਮ ਕਰਦਾ ਸੀ ਤੇ ਕੰਧਾਂ ਦਾ 3 ਸਹੀ ਬਣਾਤੀ ਤੇ 1 ਵਿੰਗੀ ਬਣਾਤੀ ਕਹਿੰਦਾ ਯਾਰ ਏਕਾ ਕੰਧ ਵਿੰਗੀ ਬਣਾਤੀ ਤੇ ਗੁੱਸਾ ਕਰਕੇ ਕਹਿੰਦੇ ਤੇਰੀ ਵੀ ਤਾਂ ਇੱਕ ਭੈਣ ਦੌੜ ਹੀ ਗਈ ਸੀ ਜਾਨਾ ਟਾਵਰ ਬਣਾ ਰਹੇ ਤੇ ਟਾਵਰ ਵੀਂਗਾ ਬਣਾਤਾ ਇੱਕ ਬੰਦਾ ਆਇਆ ਕਹਿੰਦਾ ਭਾਈ ਟਾਵਰ ਵੀਂਗਾ ਬਣਾਤਾ ਤੇ ਕੱਚਾ ਨਹੀਂ ਹੋਇਆ ਕਹਿੰਦਾ ਉਸ ਦਿਨ ਹਵਾ ਇੱਧਰ ਦੀ ਸੀ ਸਾਰਾ ਟਾਵਰ ਬਣਾਤਾ ਸੀ ਮਿਸਤਰੀ ਸੀਗਾ ਤੇ ਵੇਟਰ ਬਣ ਗਿਆ ਕਾਂਡੀ ਨਾਲ ਰਾਇਤਾ ਪਾ ਰਿਹਾ ਜਾਨਾ ਵੀ ਬਾਕਸਰ ਸੀ ਤੇ ਇੰਟਰਨੈਸ਼ਨਲ ਖੇਲਣ ਚ ਲੱਗਿਆ ਤੇ ਇੱਕ ਬੀੜ ਨਹੀਂ ਸੀ ਐ ਦੰਦਾਂ ਤੇ ਲਾਣ ਵਾਲੀ ਤੇ ਮਿੱਠਾ ਲਾ ਕੇ ਚੱਲ 10 ਸਾਲ ਲਾ ਕੇ ਕਰਾਟੇ ਸਿੱਖੇ ਜਦੋਂ ਇੰਟਰਨੈਸ਼ਨਲ ਖੇਡਣ ਗਿਆ ਅਗਲੇ ਨੇ ਪਿਸਤੌਲ ਕੱਢ ਲਿਆ ਅੱਛੀ ਗੱਲ ਆ ਜੀ ਭੈਣ ਭੈਣ ਬੜਾ ਤੁਹਾਡਾ ਮੂੰਹ ਆ 72 ਜੇਬ ਵਾਲਾ ਕੋਟ ਹੁੰਦਾ ਗੱਲ ਕਰੋ ਭਾਈ ਹੁਣਾਂ ਦਾ ਇੰਨਾ ਛੋਟਾ ਘਰ ਨਾ ਤੇ ਮੱਕੀ ਉੱਡਣੇ ਤੇ ਖੱਬ ਪਾ ਦੇਣਾ ਮੱਲੇ ਹੈਲੀਕਾਪਟਰ ਆ ਗਿਆ ਹੈਲੀਕਾਪਟਰ ਐਡਾ ਛੋਟਾ ਘਰ ਆ ਮੰਜੀ ਖੜੀ ਕਰੀਏ ਤੇ ਪਿੰਡੋਂ ਬਾਹਰ ਚੱਲ ਜਾਂਦੀ ਆ ਐਡਾ 3 ਘਰਾਂ ਦਾ ਤੇ ਪਿੰਡ ਆ ਯਾਰ ਅੱਛਾ ਇਹਨਾਂ ਦਾ ਇੰਨਾ ਤੰਗ ਘਰ ਵਾ ਤੇ ਕੋਈ ਮਰ ਜਾਂਦਾ ਤੇ ਨਵਾਉਣ ਵਾਲਾ ਬਾਹਰੋਂ ਹੀ ਨਵਾ ਕੇ ਚੱਲ ਜਾਂਦਾ ਅੱਛਾ ਭਾਈ ਨੇ ਇੱਕ ਬੰਦੇ ਕੋ ਮਾਰ ਖਾ ਲਈ ਉਹ ਬੰਦਾ ਨਾ ਪੁੱਠਾ ਕਿਤੇ ਕੇਲੇ ਠੋਕਣ ਦੇ ਆ ਤੈਨੂੰ ਜਾ ਕੇ ਆ ਨਹੀਂ ਕਹਿ ਰਿਹਾ ਤੂੰ ਪੁੱਠਾ ਠੋਕਣ ਦੇ ਕਹਿੰਦਾ ਓਏ ਐਸ ਕੰਧ ਦਾ ਹੀ ਉਹ ਮਰੇ ਉਸ ਕੰਧ ਦਾ ਉਲਟਾ ਠੋਕ ਉਹ ਇਹਨਾਂ ਦਾ ਇੰਨਾ ਛੋਟਾ ਘਰ ਹੈ ਟੀਕੇ 'ਚ ਪਾਣੀ ਪਾ ਕੇ ਮਾਰੀ ਤੇ ਕਹਿੰਦੇ ਬਾਰਿਸ਼ ਆ ਗਈ ਬਾਰਿਸ਼ ਕਤਰੇ ਪਿਆਣ ਵਾਲੇ ਆਏ ਉਹਨੇ ਇੱਕ ਕਤਰਾ ਸੁੱਟਿਆ ਤੇ ਗੋਮੇ ਚਲ ਗਿਆ ਸਾਰਾ ਘਰ ਇੰਟਰਨੈਸ਼ਨਲ ਨਾ ਕ੍ਰਿਕਟ ਪਲੇਅਰ ਚ ਇਹਨੂੰ ਅਹੀ ਸਮੇ ਲੱਗਿਆ ਪਹਿਲੇ ਦਿਨ ਹੀ ਕੋਟ ਖਾਲੀ ਰਸਾ ਚੁੱਕ ਕੇ ਵੇਚ ਆਇਆ ਦਾਨੇ ਜਾਨੇ ਦਾ ਦਾਦਾ ਫੋਤ ਹੋ ਗਿਆ ਤੇ ਇਹਨੂੰ ਕਿਹਾ ਜਾ ਮਸੀਤ ਤੋਂ ਮੰਜਾ ਲੈ ਗਿਆ ਮੰਜਾ ਲੈ ਗਿਆ ਤੇ ਦਾਦਾ ਨਹੀਂ ਪਾ ਰਿਹਾ ਪਹਿਲੇ ਪੈਂਦਾ ਕੱਸ ਰਿਹਾ ਪਿੱਟੇ ਮੂੰਹ ਦੇਤੇ ਬੇਟੇ
ਕੂਲਰ ਸੀਗਾ ਬਹੁਤ ਅੱਛਾ ਇਹਨੇ ਇੱਕ ਵੱਡਾ ਪਲੇਅਰ ਆਊਟ ਕਰਤਾ ਤੇ ਪੈਰ ਨੇ ਉਂਗਲ ਦੇ ਇਸ਼ਾਰੇ ਨਾਲ ਆਊਟ ਦਿੱਤਾ ਵਾ ਜਾ ਕੇ ਖੁਸ਼ੀ ਨਾਲ ਹੀ ਉਂਗਲ ਚੂਸ ਲੈ ਪਿਆ ਐਵੀ ਭੈਣ ਕ੍ਰਿਕਟ ਟੀਮ ਦੇ ਨੂੰ ਹਿੱਸਾ ਲੈ ਦਿੱਤਾ ਬਹੁਤ ਅੱਛਾ ਪਲੇਅਰ ਸੀ ਪਹਿਲੇ ਬਾਲ ਤੇ ਇਹਨੂੰ ਛਿੱਕਾ ਵੱਜ ਗਿਆ ਤੇ ਅੰਪਾਇਰ ਦੇ ਕੰਨ 'ਚ ਜਾ ਕੇ ਕੀ ਕਹਿ ਰਿਹਾ ਕਹਿੰਦਾ ਓਏ ਇਹਨੂੰ ਦੱਸ ਮੈਂ ਦੋ ਕਤਲ ਵੀ ਕੀਤੇ ਭੈਣਾ ਕ੍ਰਿਕਟ ਟੀਮ 'ਚ ਲੱਗ ਗਿਆ ਤੇ ਆਸਟ੍ਰੇਲੀਆ ਦੇ ਬੈਟਸਮੈਨ ਨੇ ਪਹਿਲੀ ਬਾਲ ਤੇ ਛਿੱਕਾ ਮਾਰਤਾ ਤੇ ਅੰਪਾਇਰ ਨੂੰ ਪੁੱਛ ਰਿਹਾ ਜਾ ਕੇ ਭੈਣ ਇਹਨੂੰ ਪੁੱਛੋ 11 'ਚ ਕਰ ਲੈਂਦੇ ਰਿਸ਼ਤਾ ਲੱਭਣ ਟੁਰ ਗਏ ਅਲੀ ਇੱਕ ਭਾਈ ਨੇ ਅੰਬਾਂ ਦੀ ਰੇੜੀ ਲਾਈ ਉਹਨੂੰ ਜਾ ਕਹਿੰਦਾ ਭਾਜੀ ਅੰਬ ਲੰਗੜੇ ਆ ਕਹਿੰਦਾ ਆਹੋ ਕਹਿੰਦਾ ਭੈਣ ਕਿਲੋ ਅੰਬ ਦੇ ਦੋ ਨਾਲ ਰੀਆਂ ਵਿਸਾਖੀਆਂ ਪਾ ਲਓ ਆ ਭਾਈ ਨੇ ਅੰਬਾਂ ਦੀ ਰੇੜੀ ਲਾਈ ਤੇ ਸਾਰੀ ਦਿਹਾੜੀ ਕੋਈ ਗਾਹਕ ਨਹੀਂ ਆਇਆ ਸ਼ਾਮ ਨੂੰ ਇਹਦੀ ਦੁਕਾਨ ਦੇ ਰੇੜੀ ਦੇ ਅੱਗੇ ਨਾ ਐਕਸੀਡੈਂਟ ਹੋ ਗਿਆ ਉਹਦਾ ਗੁੱਟ ਫੜ ਕਹਿੰਦਾ ਇਹਨੂੰ ਅੰਬ ਖਵਾਓ ਮਸਜਿਦ ਜੁਮਾ ਪੜਨ ਗਿਆ ਆਪਣੇ ਅੱਬੇ ਦੇ ਨਾਲ ਤੇ ਇਮਾਮ ਜੋਸ਼ੋ ਕਰੋਸ਼ ਦੇ ਵਿੱਚ ਨਾ ਜੁਮਾ ਕਰਾ ਰਿਹਾ ਵਾ ਤੇ ਉਹਨੂੰ ਕਹਿ ਰਿਹਾ ਅੱਬਾ ਜੀ ਤੁਹਾਡੀ ਵਿਆਹ ਤੋਂ ਖਿਜੇ ਆ ਜੇ ਵੀ ਤੱਲੇਗੀ ਕੋਈ ਨਹੀਂ ਤੇਰਾ ਆ ਭਾਈ ਇਹ ਨਾ ਮੌਲਵੀ ਨੂੰ ਜਾ ਕੇ ਪੁੱਛਦਾ ਤੇ ਅੱਜ ਕਿਹੜਾ ਦੇਣਾ ਕਹਿੰਦਾ ਅੱਜ ਮੇਰਾ ਦੇਣਾ ਛੋਟੇ ਸਾਹਿਬ ਆਮ ਬੰਦੇ ਦੀ ਨਾ ਖਵਾਇਸ਼ ਹੁੰਦੀ ਹੈ ਕਿ ਯਾਰ ਜਦੋਂ ਮੇਰੀ ਸ਼ਾਦੀ ਹੋਵੇ ਤੇ ਜਦੋਂ ਮੈਂ ਗੱਡੀ 'ਚੋਂ ਨਿਕਲਾਂ ਤੇ ਕਹਿੰਦੇ ਅੱਗੇ ਨਾ ਫੁੱਲ ਹੀ ਫੁੱਲ ਹੋਣ ਇਹਦੀ ਖਵਾਇਸ਼ ਹੀ ਚੇਂਜ ਹੋ ਜਾਣੀ ਇਹਨੇ ਕਹਿਣਾ ਜਦੋਂ ਮੈਂ ਇੰਜ ਕਰਕੇ ਨਿਕਲਾਂ ਅੱਗੇ ਗਾਰਾ ਹੀ ਗਾਰਾ ਆਮ ਬੰਦੇ ਦੀ ਖਵਾਇਸ਼ ਹੁੰਦੀ ਲਾੜੇ ਦੀ ਕਿ ਯਾਰ ਮੈਨੂੰ ਗਿਫਟ ਦੇ ਵਿੱਚ ਗੁਲਦਸਤੇ ਹੋਣ ਫੁੱਲਾਂ ਦੇ ਇਹ ਕਹਿੰਦਾ ਇਹਦੀ ਖਵਾਇਸ਼ ਹੀ ਚੇਂਜ ਹੋਣੀ ਇਹਨੇ ਕਹਿਣਾ ਯਾਰ ਮੈਨੂੰ ਗਿਫਟ ਦੇ ਵਿੱਚ ਮਗਰਾਟ ਸਰੀਆ ਝਾੜੂ ਉਹ ਵੀ ਮੋਟਾ ਲਾ ਆਮ ਲਾੜੇ ਦੀ ਖਵਾਇਸ਼ ਹੁੰਦੀ ਭੈਣ ਕਿ ਮੈਂ ਆਪਣੀ ਬੀਵੀ ਦੇ ਨਾਲ ਰੋਮੈਂਟਿਕ ਗੱਲਾਂ ਕਰਾਂ ਇਹਦੀ ਰੋਮੈਂਟਿਕ ਇਹਦੀ ਗੱਲ ਹੀ ਚੇਂਜ ਹੋ ਜਾਣੀ ਖਵਾਇਸ਼ ਹੀ ਚੇਂਜ ਹੋ ਜਾਣੀ ਇਹਨੇ ਕਹਿਣਾ ਆਪਣੀ ਬੁੱਢੀ ਨੂੰ ਆਪਣੇ ਖੱਬੇ ਪੈਰ ਦਾ ਅੰਗੂਠਾ ਮੇਰੇ ਮੂੰਹ 'ਚ ਵਾਪਸ ਚੂਸਣਾ ਲਓ ਤੇ ਨਾ ਜੀ ਅੱਜ ਦਾ ਸੈਗਮੈਂਟ ਸਾਡਾ ਇੱਥੇ ਖਤਮ ਹੋ ਰਿਹਾ ਤੇ ਦੇਖਣਾ ਨਾ ਭੁੱਲਾਂ ਤੇ ਖੱਟਾ ਤੇ ਮਿੱਠਾ ਚੈਨਲ ਤੇ ਕਮੈਂਟ ਸੈਕਸ਼ਨ ਦੇ ਵਿੱਚ ਸਾਨੂੰ ਲਾਜ਼ਮੀ ਦੱਸਣਾ ਸਾਡਾ ਪ੍ਰੋਗਰਾਮ ਕੈਸਾ ਸੀ ਤੇ ਮਜ਼ਾ ਆਇਆ ਤੁਹਾਨੂੰ ਜੁਗਤਾਂ ਦਾ ਤੇ ਖਾਸ ਤੌਰ ਤੇ ਆ ਭਾਈ ਦਾ।